ਹਰਜੀਤ ਕੌਰ ਜਿੰਦਾਬਾਦ। ਕਮਲਜੀਤ ਕਾਲੜਾ, ਆਲ ਇੰਡੀਆ ਜਨਰਲ ਸੈਕਟਰੀ ਰਾਜੀਵ ਮੰਚ। ਮੈਂ ਅੱਜ ਆਪਣੇ ਪੁਰਾਣੇ ਇਲਾਕੇ ਨਾਭੇ ਵਿੱਚ ਆਇਆ ਸੀ। ਕੁਛ ਇਸ ਲੇਬਰ ਯੂਨੀਅਨ ਦੀਆਂ ਸਮੱਸਿਆ ਸੀਆਂ, ਇਹਨਾਂ ਦੀਆਂ ਸਮੱਸਿਆ ਬਹਿ ਕੇ ਮੈਨੇ ਸੁਣੀਆਂ। ਇਹਨਾਂ ਨੂੰ ਮੈਨੇ ਵਿਸ਼ਵਾਸ ਦਵਾਇਆ ਵੀ ਤੁਸੀਂ, ਤੁਹਾਡਾ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਕੋਈ ਕੰਮ ਹੋਊਗਾ ਮੈਂ ਤੁਹਾਡੇ ਨਾਲ ਖੜੂੰਗਾ, ਔਰ ਤੁਹਾਡੇ ਦਿਲੋਂ ਮੈਨੂੰ ਤੁਹਾਡਾ ਕੰਮ ਕਰਕੇ ਦਊਂਗਾ। ਹੁਣ ਅਸੀਂ ਮਹਾਰਾਣੀ ਸਾਹਿਬ ਦੇ ਦੇਸਾਂ 'ਤੇ 2019 ਦਾ ਇਲੈਕਸ਼ਨ ਨੂੰ ਦੇਖਦੇ ਹੋਏ ਇੱਕ ਮੁੱਠ ਹੋ ਕੇ ਚੱਲਣ ਦੀ ਕਸਮ ਖਾਧੀ ਹੈ ਕਿ ਅਸੀਂ 2019 ਦਾ ਇਲੈਕਸ਼ਨ ਮਹਾਰਾਣੀ ਸਾਹਿਬ ਨੂੰ ਇੱਥੋਂ ਪਟਿਆਲੇ 'ਚੋਂ ਜਿੱਤ ਕੇ ਬਹੁਤ ਲੰਬੀ ਲੀਡ 'ਤੇ ਭੇਜੀਏ ਕਿ ਮਹਾਰਾਣੀ ਸਾਹਿਬ ਸੈਂਟਰ 'ਚ ਪਹੁੰਚਣ ਅਤੇ ਇਹ ਲੋਕਾਂ ਦੇ ਗਰੀਬਾਂ ਦੇ ਕੰਮ ਕਰਵਾ ਸਕੀਏ ਔਰ ਆਪਣੇ ਪਟਿਆਲੇ ਸ਼ਹਿਰ ਨੂੰ ਸੁੰਦਰ ਬਣਾ ਸਕੀਏ। ਸਾਨੂੰ ਕਮਲਜੀਤ ਪ੍ਰਧਾਨ ਜੀ ਨਾਲ ਮਿਲ ਕੇ ਅੱਜ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡੇ ਰੁਕੇ ਹੋਏ ਕੰਮ ਨੇ ਜਿਹੜੇ, ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ, ਛੇਤੀ ਤੋਂ ਛੇਤੀ ਕਰਕੇ ਦੇਵਾਂਗੇ।